ਹਾਏ ਐਵਰੀਵਨ, ਕਿਵੇਂ ਤੁਸੀਂ ਸਾਰੇ? ਆਈ ਹੋਪ ਤੁਸੀਂ ਸਾਰੇ ਠੀਕ ਹੀ ਹੋਵੋਗੇ। ਤਾਂ ਅੱਜ ਦੀ ਵੀਡੀਓ ਵਿੱਚ ਆਪਾਂ ਗੱਲ ਕਰਨ ਜਾ ਰਹੇ ਹਾਂ ETT ਐਡਮਿਸ਼ਨ 2023 ਬਾਰੇ। ਤਾਂ ETT ਬਾਰੇ ਕਾਫੀ ਸਾਰੇ ਮੈਨੂੰ ਮੈਸੇਜ ਵੀ ਆ ਰਹੇ ਸਨ। ਆਪਣੀ ਜੋ ID ਹੈ ਇੰਸਟਾਗ੍ਰਾਮ ਪੰਜਾਬ ਜੋਬਸ ਓਨਲੀ, ਉਹਦੇ 'ਤੇ ਤੁਸੀਂ ਕੋਈ ਵੀ ਕੁਸ਼ਚਨ ਪੁੱਛ ਸਕਦੇ ਹੋ ਕਿ ਸਰ ਮੈਨੂੰ ETT ਕਰਨੀ ਚਾਹੀਦੀ ਹੈ ਜਾਂ BEd ਕਰਨੀ ਚਾਹੀਦੀ ਹੈ। ਕਈ ਲੋਕ ਕਨਫਿਊਜ਼ਨ 'ਚ ਹੁੰਦੇ ਹਨ ਕਿ ਸਰ ਕੀ ਕਰੀਏ ਅੱਗੇ ਕੈਰੀਅਰ ਲਈ। ਤਾਂ ਕੋਈ ਵੀ ਕੁਸ਼ਚਨ ਤੁਸੀਂ ਬਿਨਾਂ ਕੋਈ ਝਿਜਕ ਤੋਂ ਪੁੱਛ ਸਕਦੇ ਹੋ ਸਾਡੇ ਇੰਸਟਾ ID ਪੰਜਾਬ ਜੋਬਸ ਓਨਲੀ, ਅਤੇ ਕੋਈ ਵੀ ਕੁਸ਼ਚਨ ਆਪਣੇ ਕੈਰੀਅਰ ਸੰਬੰਧੀ ਪੁੱਛ ਸਕਦੇ ਹੋ। ਤਾਂ ਹੁਣ ਆਪਾਂ ETT ਦੀ ਅੱਜ ਗੱਲ ਕਰਨ ਜਾ ਰਹੇ ਹਾਂ। ETT ਐਡਮਿਸ਼ਨ ਜੋ ਕਿ ਨੋਰਮਲ ਸਤੰਬਰ ਅਗਸਤ ਸਤੰਬਰ ਵਿੱਚ ਐਡਮਿਸ਼ਨ ਸਟਾਰਟ ਹੋ ਜਾਂਦੀ ਹਨ, ਪਰ ਇਸ ਵਾਰ ਕੋਈ ਵੀ ਅਜੇ ਤੱਕ ਕੋਈ ਵੀ ਨੋਟਿਸ ਨਹੀਂ ਹੈ। ਵੈਬਸਾਈਟ 'ਤੇ ਵੀ ਚੈੱਕ ਕੀਤਾ ਗਿਆ, ਹੁਣੇ ਹੀ ਅਸੀਂ ਚੈੱਕ ਕਰਕੇ ਵੀਡੀਓ ਬਣਾ ਰਹੇ ਹਾਂ, ਤਾਂ ਵੈਬਸਾਈਟ ਦੇ ਉੱਤੇ ਵੀ ਅਜੇ ਤੱਕ ਕੋਈ ਵੀ ਨੋਟਿਸ ਨਹੀਂ ਹੈ। ਬਸ ਇਸ ਵਾਰ ਇਹ ਹੈ ਕਿ ਚੇਂਜ ਹੋਇਆ ਥੋੜ੍ਹਾ ਜਿਹਾ, ਜੋ ਇਸ ਵਾਰ ਪਹਿਲਾਂ ਜੋ 10th ਪਲੱਸ ਟੂ ਦੇ ਮਾਰਕਸ 'ਤੇ ਮੈਰਿਟ ਬਣ ਕੇ ਐਡਮਿਸ਼ਨ ਮਿਲਦੀ ਸੀ ਗੌਰਮੈਂਟ ਸਕੂਲ ਕਾਲਜਾਂ ਵਿੱਚ, ਉਹ ਇਸ ਵਾਰ ਟੈਸਟ ਹੋਇਆ ਕਰੇਗਾ। ਟੈਸਟ ਦਾ ਸਿਲੇਬਸ ਵੀ ਆ ਗਿਆ, ਉਹ ਸਿਲੇਬਸ ਵੀ ਤੁਹਾਨੂੰ ਪ੍ਰੋਵਾਈਡ ਕਰਵਾ ਦਿੱਤਾ ਗਿਆ, ਉਸਦਾ ਲਿੰਕ ਡਿਸਕ੍ਰਿਪਸ਼ਨ 'ਚ ਦਿੱਤਾ, ਉਹ ਵੀਡੀਓ ਜ਼ਰੂਰ ਦੇਖ ਲਓ, ਸਿਲੇਬਸ ਕਿਸ ਤਰ੍ਹਾਂ ਦਾ ਹੋਰ ਉਹਦੀ ਤਿਆਰੀ ਸ਼ੁਰੂ ਕਰ ਲਓ। ਪਰ ਇੱਕ ਇਹ ਹੀ ਹੁਣ ਆ ਰਹੀ ਹੈ ਕਿ ਇੱਕ, ਹਾਂ, ਪਹਿਲਾਂ 10th ਪਲੱਸ ਟੂ ਦੇ ਬੇਸ 'ਤੇ ਐਡਮਿਸ਼ਨ ਹੁੰਦੀ ਸੀ ETT 'ਚ, ਹੁਣ ਗ੍ਰੈਜੂਏਸ਼ਨ ਕਰ ਦਿੱਤੀ ਗਈ ਹੈ, ਤਾਂ ਉਸ ਸੰਬੰਧੀ ਇੱਕ ਕੇਸ ਲੱਗ ਗਿਆ ਹੈ। ਤਾਂ ਉਹ ਕੇਸ ਦਾ ਫੈਸਲਾ ਜਦੋਂ ਆਵੇਗਾ ਤਾਂ ਪਲੱਸ ਟੂ 'ਤੇ ਐਡਮਿਸ਼ਨ ਹੋਣ ਦੇ ਚਾਂਸ ਹਨ, ਇਸ ਲਈ ਗ੍ਰੈਜੂਏਸ਼ਨ ਬੰਦ ਕੀਤੀ ਜਾਵੇ ਇਹ ਕੇਸ।